ਕੁਝ ਦਿਨ ਪਹਿਲਾਂ ਜ਼ਿਲ੍ਹਾ ਰੋਪੜ ਦਾ ਮਸ਼ਹੂਰ ਸ਼ਹਿਰ ਨੰਗਲ ਵਿਖੇ ਮਾਤਾ ਜੁਲਫਾ ਦੇਵੀ ਦੇ ਮੰਦਰ ਵਿਖੇ ਕੁਝ ਦਿਨ ਪਹਿਲਾਂ ਚੋਰਾਂ ਵੱਲੋਂ ਮਾਤਾ ਦੇ ਸੋਨੇ ਦੇ ਜੇਵਰਾਤ ਚੋਰੀ ਕਰ ਲਏ ਗਏ ਸਨ। ਪੁਲਿਸ ਵੱਲੋਂ ਇਸ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। SSP ਡਾਕਟਰ ਗੁਰਲੀਤ ਸਿੰਘ ਖੁਰਾਣਾ ਦੇ ਅਨੁਸਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ 2.5 ਲੱਖ ਦੇ ਜੇਵਰਾਤ ਚੋਰੀ ਕੀਤੇ ਸਨ ਅਤੇ ਨੰਗਲ ਬੱਸ ਸਟੈਂਡ 'ਤੇ ਇੱਕ ਸੁਨਿਆਰੇ ਨੂੰ ਸਿਰਫ 20,000 ਰੁਪਏ 'ਚ ਵੇਚ ਦਿੱਤੇ ਗਏ ਸਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ। ਕਾਬੂ ਕੀਤੇ ਚੋਰ ਅਨੁਸਾਰ ਉਹਦੇ ਨਾਲ 2 ਸਾਥੀ ਹੋਰ ਸਨ ਅਤੇ ਸੁਨਿਆਰਾ ਮੁੱਖ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਵੱਖ ਟੀਮਾਂ ਬਣਾ ਕੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹ ਤੁਹਾਨੂੰ ਸੁਣਾਉਂਦੇ ਹਾਂ SSP ਰੂਪਨਗਰ ਡਾਕਟਰ ਗੁਰਲੀਤ ਸਿੰਘ ਖੁਰਾਣਾ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹਨ। ਹੋਰ ਕਿੱਥੇ ਕਿੱਥੇ ਚੋਰੀ ਕੀਤੀ? ਪਹਿਲਾਂ ਮੰਦਰਾਂ 'ਚ ਚੋਰੀ ਹੋਰ ਕੀਤੀ? ਕਿਵੇਂ ਧਿਆਨ 'ਚ ਆਇਆ ਮੰਦਰ 'ਚ ਚੋਰੀ ਕਰਨੀ ਹੈ? ਕਿਹਦੀ ਨਹੀਂ ਚੋਰੀ ਕਰਨ ਦਾ ਕਿਆ ਸੋਚਿਆ ਜੀ? ਮੰਦਰ 'ਚ ਹੀ ਚੋਰੀ ਕਰਨੀ? ਅੱਛਾ, ਨਹੀਂ ਤੁਸੀਂ ਬਿੱਲ ਬੁੱਲ ਨਹੀਂ ਲੈਂਦੇ? ਨਹੀਂ ਜੀ, ਇਹ ਕਹਿੰਦਾ ਮੰਮੀ ਮੇਰੀ ਬਿਮਾਰ ਹੈ ਜੀ। ਤੁਸੀਂ ਵੀ ਸੋਨਾ ਇੰਨਾ ਮਹਿੰਗਾ ਸਸਤੇ 'ਚ ਰੱਖ ਲਿਆ? ਮੰਦਰ ਦਾ ਇੱਕ ਸਮਾਨ ਤਾਂ ਅਲੱਗ ਹੁੰਦਾ ਜੀ। ਤੁਸੀਂ ਪਹਿਲਾਂ ਵੀ ਸਮਾਨ ਖਰੀਦ ਚੁੱਕੇ ਆ ਜਾਂ ਤਾਂ ਪਹਿਲਾਂ ਵੀ ਹੋਰ ਪਾਸੋਂ ਵੀ ਸਮਾਨ ਖਰੀਦਦੇ ਹੋ? ਤੁਸੀਂ ਇਹਨੇ 20,000 'ਚ ਦੇਤਾ, ਤੁਸੀਂ 20,000 'ਚ ਸੌਦਾ ਕੀਤਾ, 2.5 ਲੱਖ ਵਾਲਾ ਸਮਾਨ 20,000 'ਚ ਦੇਤਾ? ਨਹੀਂ ਜੀ, ਪੂਰਾ ਪੂਰਾ ਦੇਤਾ ਜੀ। ਨਹੀਂ, ਮੰਦਰ ਦੇ ਉਹਦੇ ਗਹਿਣੇ ਜਿਹੜੇ, ਉਹ ਤਾਂ ਅਲੱਗ ਜੀ, ਉਹ ਤਾਂ ਉਹਦੇ ਮੂਰਤੀਆਂ ਦੇ ਉੱਪਰ ਪਾਇਆ ਹੋਇਆ ਜਿਹੜਾ ਹਾਰ ਸੀ। ਨਹੀਂ, ਹਾਰ ਨਹੀਂ ਸਹੀ, ਇੱਕੇ ਦਾਈ ਚੌਂਕੀ ਨਾਲ ਨੱਥ ਦੀ ਛੋਟੀ। ਜੁਲਫਾ ਮਾਤਾ ਮੰਦਿਰ ਜਿਹੜਾ ਹੈਗਾ ਨੰਗਲ ਦੇ ਏਰੀਏ ਵਿੱਚ, ਉੱਥੇ ਹੋਇਆ ਸੀਗਾ, ਜਿਹਦੇ ਵਿੱਚ ਕੁਝ ਚੋਰਾਂ ਨੇ ਜਿਹੜੀ ਮਾਤਾ ਦੀ ਮੂਰਤੀ ਹੈਗੀ ਹੈ ਉਹ ਤੋਂ ਕੁਛ ਜਿਹੜੇ ਸੋਨੇ ਦੇ ਗਹਿਣੇ ਸੀਗੇ ਉਹ ਉਤਾਰ ਲਏ ਸੀਗੇ, ਚੋਰੀ ਕਰ ਲਏ ਸੀਗੇ। ਉਹਦੇ ਰਿਗਾਰਡਿੰਗ ਜਿਹੜਾ ਹੈਗਾ ਸਾਡੀ ਥਾਣੇ ਦੀ ਟੀਮ ਨੇ, CIA ਦੀ ਟੀਮ ਨੇ ਕਾਫੀ ਚੰਗਾ ਕੰਮ ਕੀਤਾ ਹੈਗਾ। ਔਰ ਜਿਹੜਾ ਪਹਿਲਾ ਦੋਸ਼ੀ ਸੀਗਾ ਜਿਹਦਾ ਨਾਂ ਹੈਗਾ ਸਿਮਰਨਪਾਲ ਸਿੰਘ ਉਰਫ ਬਾਨਾ, ਇਹ ਜਿਹੜਾ ਹੈਗਾ ਪਹਿਲੇ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਔਰ ਉਹਦੀ ਪੁੱਛਗਿੱਛ 'ਤੇ ਜਿਹੜਾ ਹੈਗਾ ਅੱਜ ਇੱਕ ਜੂਲਰ ਜਿਹੜਾ ਹੈਗਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਇਹਦਾ ਨਾਂ ਰਣਵੀਰ ਸਿੰਘ ਉਰਫ ਬੱਟੀ ਹੈਗਾ। ਇੱਥੇ ਪਹਿਲਾਂ ਵੀ ਜਿਹੜਾ ਹੈਗਾ ਸਟੋਲਨ ਪ੍ਰੋਪਰਟੀ ਨੂੰ ਖਰੀਦਣ ਦਾ ਪਰਚਾ ਹੈ 2012 ਦਾ, ਉਹਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਜਿਹੜਾ ਸਾਡਾ ਮਾਲ ਮੁਕੱਦਮਾ ਸੀਗਾ, ਜਿਹੜੇ ਚੋਰੀ ਦੇ ਸਮਾਨ ਸੀਗੇ ਗਹਿਣੇ, ਉਹ ਬਰਾਮਦ ਕਰ ਲਏ ਗਏ ਨੇ। ਇਹਨਾਂ ਦੀ ਪੁੱਛਗਿੱਛ ਤੋਂ ਇਹ ਕਲੀਅਰ ਹੋਇਆ ਹੈਗਾ ਕਿ ਇਹਦੇ ਨਾਲ 2 ਹੋਰ ਬੰਦੇ ਸੀਗੇ, ਜਿਹਦੇ ਵਿੱਚ ਇੱਕ ਬੰਦਾ ਹੈਗਾ ਗੁਰਦੀਪ ਸਿੰਘ ਉਰਫ ਸੋਨੂ, ਜਿੱਥੇ ਪਹਿਲਾਂ ਵੀ 4 ਪਰਚੇ ਚੋਰੀ ਦੇ ਔਰ ਆਰਮਸ ਐਕਟ ਦੇ ਦਰਜ ਹੈਗੇ ਨੇ। ਇਸ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਜੱਸੀ ਇੱਕ ਮੁੰਡਾ ਹੈਗਾ ਜਿਹੜਾ ਕਿ ਇਹਦੇ ਨਾਲ ਸ਼ਾਮਿਲ ਸੀਗਾ। ਇਹਨਾਂ ਦੋਨਾਂ ਦੀ ਜਿਹੜੀ ਹੈਗੀਆਂ ਨੇ ਅਰੈਸਟ ਦੇ ਰਿਗਾਰਡਿੰਗ ਰੇਡ ਸਾਡੀ ਕੰਟੀਨਿਊਡ ਹੈਗੀਆਂ ਨੇ, ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ।
ਔਰ ਚੂੰਕਿ ਮਾਮਲਾ ਕਾਫੀ ਸੰਜੀਦਾ ਸੀਗਾ, ਦਿਨ ਵਿੱਚ ਜਿਹੜਾ ਹੈਗਾ ਇਹ ਚੋਰੀ ਹੋਈ ਸੀਗੀ। ਪਹਿਲਾਂ ਵੀ ਆਪਾਂ ਜਿਹੜਾ ਹੈ ਰਿਲੀਜੀਅਸ ਇੰਸਟੀਟਿਊਸ਼ਨਸ ਦੇ ਨਾਲ ਆਪਾਂ ਰਾਬਤਾ ਕਾਇਮ ਕਰਦੇ ਰਹੇ ਹਾਂ ਔਰ ਉਹਨਾਂ ਨੂੰ ਬਰੀਫ ਕਰਦੇ ਰਹੇ ਹਾਂ ਕਿ ਜਿੱਥੇ ਵੀ ਇਹੋ ਜਿਹਾ ਕੋਈ ਆਪਣਾ ਸੈਂਸਿਟਿਵ ਹੈਗਾ ਉੱਥੇ ਆਪਾਂ ਸਾਂਭ ਸੰਭਾਲ ਕਰੀਏ, ਕੈਮਰੇ ਲਗਾਈਏ ਔਰ ਜ਼ਰੂਰ ਜਿਹੜਾ ਹੈਗਾ 24 ਘੰਟੇ ਕੋਈ ਨਾ ਕੋਈ ਉੱਥੇ ਨਿਗਰਾਨੀ ਕਰੇ। ਇਹਨਾਂ ਵੱਲੋਂ ਵੀ ਜਿਹੜੇ ਹੈਗੇ ਪੁਜਾਰੀ 24 ਘੰਟੇ ਵਾਸਤੇ ਲਗਾਏ ਗਏ ਸੀਗੇ, ਬਟ ਕੁਛ ਕੰਮ ਕਰਕੇ ਜਿਹੜੇ ਪੁਜਾਰੀ ਸੀਗੇ ਉਹ ਕਿਤੇ ਪਾਸੇ ਗਏ ਸੀਗੇ ਔਰ ਉਸ ਟਾਈਮ ਦਾ ਫਾਇਦਾ ਉਠਾ ਕਰਕੇ ਇਹ ਬੰਦਿਆਂ ਨੇ ਉੱਥੇ ਚੋਰੀ ਕੀਤੀ ਸੀਗੀ। ਜਾਂ ਕਾਫੀ ਚੰਗਾ ਕੰਮ ਕਰਦੇ ਹੋਇਆ ਸਾਡੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਚੋਰੀ ਹੋਈ ਸੀ ਉਹਨੂੰ ਜਿਹੜਾ ਹੈਗਾ ਉਹਦੀ ਰਿਕਵਰੀ ਵੀ ਹੋ ਗਈ ਹੈ। ਇਹਨਾਂ ਦੀ ਇਨੀਸ਼ੀਅਲ ਪੁੱਛਗਿੱਛ ਤੋਂ ਪਤਾ ਲੱਗਾ ਕਿ ਕਾਫੀ ਹੋਰ ਵੀ ਚੋਰੀਆਂ ਇਹਨਾਂ ਨੇ ਜਿਹੜਾ ਹੈ ਨੰਗਲ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਔਰ ਰੋਪੜ ਦੇ ਏਰੀਏ 'ਚ ਕੀਤੀਆਂ ਨੇ, ਜਿਨ੍ਹਾਂ ਦੇ ਬਾਰੇ ਹੁਣ ਰਿਮਾਂਡ ਇਹਨਾਂ ਦਾ ਹਾਸਿਲ ਕੀਤਾ ਗਿਆ ਹੈ।